ਹਾਂਜੀ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ ਸਾਰਿਆਂ ਨੇ? ਅਭੀ ਤੁਹਾਡੇ ਆਪਣੇ ਚੈਨਲ ਸਿਮੂ ਬੁੱਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੇ ਅੱਜ ਫੇਰ ਆਪਾਂ ਲੈ ਕੇ ਆ ਗਏ ਆ ਵਲੌਗ। ਅੱਜ ਹੈਗਾ ਜੀ ਫੇਰ ਉਹੀ ਡੇਲੀ ਰੂਟੀਨ ਵਾਲਾ ਵਲੌਗ। ਡੇਲੀ ਰੂਟੀਨ ਦੇ ਵਿੱਚ ਆਪਾਂ ਕੀ ਕਰਦੇ ਆ, ਰੂਟੀਨ ਅੱਜ ਥੋੜਾ ਲੇਟ ਸ਼ੁਰੂ ਹੋਇਆ। ਗਿਣਤੀ ਤਾਂ ਸ਼ਾਮ ਦੇ ਵਧੀ ਹੋਣਗੇ, 4:30 ਵੱਜ ਗਏ ਆ। ਤੇ ਹੁਣ ਮੈਂ ਚੱਲੇ ਆ ਪਹਿਲਾਂ ਚੰਡੀਗੜ੍ਹ। ਚੰਡੀਗੜ੍ਹ ਆਪਣਾ ਮਿੱਤਰ ਆ, ਤੇ ਉਹਨੂੰ ਉੱਥੋਂ ਚੱਕੀਏ ਪਹਿਲਾਂ। ਯੋਗੀ ਤੇ ਢੇਸੀ ਦੋਵਾਂ ਨੂੰ ਉੱਥੋਂ ਪਿੱਕ ਕਰਨਾ ਆ। ਪਿੱਕ ਕਰਨ ਤੋਂ ਬਾਅਦ ਇੱਕ ਆਪਾਂ ਲੈਣ ਜਾਣਾ ਆ ਬੈਗ। ਬੈਗ ਮੰਮੀ ਡੈਡੀ ਉਹਨਾਂ ਨੇ ਫਿਰੋਜ਼ਪੁਰੋਂ ਬੈਗ ਆ ਭੇਜਿਆ, ਸਮਾਨ ਸੀਗਾ ਕੋਈ ਮੇਰਾ, ਅਤੇ ਸਮਾਨ ਉਹਨਾਂ ਨੇ ਭੇਜਿਆ। ਕੱਪੜੇ ਕੁੱਪੜੇ ਸੀਗੇ ਧੋਣ ਧੋਣ ਵਾਲੇ, ਉੱਧਰੋਂ ਭੇਜ ਤੇ ਸਾਰੇ, ਕਿਉਂਕਿ ਮੇਰੀ ਆਦਤ ਆ ਮੈਂ ਇੱਥੋਂ ਘੱਟ ਧੋਣਾ ਹੁੰਦਾ। ਮੈਂ ਇੱਥੋਂ ਟੈਚੀ ਪੈਕ ਕਰਕੇ ਘਰ ਭੇਜਦਾ, ਘਰੋਂ ਆ ਜਾਂਦੇ ਧੋ ਕੇ। ਅਤੇ ਹੁਣ ਆਪਾਂ ਜਾਂਦੇ ਹਾਂ ਪਹਿਲਾਂ ਉੱਧਰ। ਬਾਕੀ ਵਲੌਗ ਵੀ ਮੈਨੂੰ ਇਹ ਵੀ ਦੱਸੋ, ਜਿਹੜਾ ਮੈਂ ਹੁਣ ਲਾਸਟ ਵਲੌਗ ਪਾਇਆ ਚੰਡੀਗੜ੍ਹ ਫੂਡ ਨਾਈਟ ਵਾਲਾ, ਚੰਡੀਗੜ੍ਹ ਨਾਈਟ ਫੂਡ ਵਾਲਾ ਜਿਹੜਾ ਵਲੌਗ ਪਾਇਆ, ਉਹ ਵਲੌਗ ਕਿਵੇਂ ਦਾ ਲੱਗਿਆ? ਉੱਦਾਂ ਦਾ ਇੱਕ ਅੱਧਾ ਵਲੌਗ ਹੋਰ ਬਣਾਈਏ ਜਾਂ ਨੌਲੇਜ ਵਾਲੇ ਵਲੌਗ ਜਾਂ ਬਸ ਕਰੀਏ? ਬਾਕੀ ਮੇਰੇ ਹਿਸਾਬ ਨਾਲ ਤਾਂ ਬਣਾ ਦੇਣੇ ਚਾਹੀਦੇ ਆ, ਬਾਕੀ ਤੁਸੀਂ ਇੱਕ ਵਾਰੀ ਸਲਾਹ ਦਿਓ ਮਾੜੀ ਮੋਟੀ ਕੀ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ ਕਿ ਨਹੀਂ ਸਿਸਟਮ। ਇਹ ਮੈਨੂੰ ਵਧੀਆ ਲੱਗਿਆ, ਕਈਆਂ ਨੂੰ ਨਹੀਂ ਪਤਾ ਹੁੰਦਾ, ਮੇਰੇ ਵਰਗਿਆਂ ਨੂੰ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਅਤੇ ਬਸ ਇੱਦਾਂ ਹੀ ਪਿਆਰ ਦਿੰਦੇ ਰਹੋ, ਬਾਕੀ ਹੁਣ ਅੱਗੇ ਜਾ ਕੇ ਤੁਹਾਨੂੰ ਮੈਂ ਮਿਲਦਾ ਆ। ਜਾ ਕੇ ਚੰਡੀਗੜ੍ਹ ਲਓ ਵੀ, ਆਹ ਚੰਡੀਗੜ੍ਹ ਦੀ ਆ ਗਈ ਫਰਨੀਚਰ ਮਾਰਕੀਟ। ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਬੈੱਡ ਬੁੱਡ ਸੋਫੇ ਕੋਈ ਵੀ ਚੀਜ਼ ਲੈਣੀ ਹੁੰਦੀ ਹੈ, ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ, ਫਰਨੀਚਰ ਮਾਰਕੀਟ ਚੰਡੀਗੜ੍ਹ ਤੋਂ। ਇਹ ਚੰਡੀਗੜ੍ਹ ਐਂਟਰ ਹੁੰਦਿਆਂ ਸਾਰੀ, ਐਂਟਰ ਹੁਣ ਤੋਂ ਪਹਿਲਾਂ ਹੀ ਲਾ ਲਓ, ਐਂਟਰ ਹੁੰਦਿਆਂ ਸਾਰੀ ਆ ਚੰਡੀਗੜ੍ਹ ਸਾਹਮਣੇ ਚੌਂਕ ਆ ਗਿਆ ਤਰ ਤਰ ਜਿਹੜਾ, ਉਦੋਂ ਪਹਿਲਾਂ ਬਿਆਲੀ ਵਾਲੇ ਚੌਂਕ ਤੋਂ ਪਹਿਲਾਂ ਆਹ ਆ ਗਈ ਮਾਰਕੀਟ ਜੀ। ਸੈਕਟਰ ਕਹਿੰਦੇ ਸੈਕਟਰ 37 'ਚ ਮੈਂ ਪਹੁੰਚ ਚੁੱਕਿਆ ਹਾਂ, ਅਤੇ ਬਟ ਇੱਥੇ ਰੋਂਗ ਪਾਰਕਿੰਗ 'ਚ ਗੱਡੀ ਖੜੀ ਕਰਾਤੀ ਕਹਿੰਦੇ ਢੇਸੀ ਨੇ। ਬੜੀ ਟੌਰ ਕੱਢੀ ਅੱਜ ਤਾਂ ਢੇਸੀ, ਬੜੀ ਟੌਰ ਕੱਢੀ ਬਈ ਅੱਜ ਬੇਬੀ। ਯੋਗੀ ਯੋਗੀ ਤਾਂ ਗਿਆ, ਚਲੋ ਫਿਰ ਯੋਗੀ ਉਹਨਾਂ ਨੂੰ ਵੀ ਲੈਂਦੇ ਹਾਂ, ਚੱਕਦੇ ਹਾਂ ਕਿੱਥੇ ਨੇ ਉਹ। ਉਹ ਪਤਾ ਕਿੱਥੇ ਗਿਆ, ਕਿੱਥੇ ਗਿਆ ਬੜੀ ਮਾੜੀ ਗੱਲ ਆ ਸਾਡੀ। ਕਾਹਦੀ ਮਾੜੀ ਗੱਲ ਆ? ਮੇਰਾ ਫੋਨ ਦੀ ਬੈਟਰੀ ਯਾਰ ਉਹ ਆ ਸਾਡੀ ਸਰਵਿਸ ਤੇ ਚਾਰਜ, ਆਪਾਂ ਨਵਾਂ ਲੈ ਲੈਂਦੇ ਹਾਂ ਫੋਨ ਨਾ, ਨਵਾਂ ਲੈ ਲਈਏ ਦੱਸ ਦੇ ਬਰਾਬਰ। ਇੰਨੀ ਗੱਲ ਆ ਤਾਂ ਫੋਨ ਤੈਨੂੰ ਨਵਾਂ ਲੈ ਦਿੰਦਾ, ਐਡੀ ਐਦਾਂ ਨਾ ਕਰ ਬ੍ਰੋ। ਅੱਜ ਹੈਗੀ ਆ ਕਿੰਨੀ 21, ਫੋਨ ਨਵਾਂ ਲੈਣਾ ਨਾ ਦੋ ਦੋ ਗੱਲ, ਇੱਕ ਤੋਂ ਲੈ ਕੇ 5 ਤੱਕ, ਬਸ ਇੱਕ ਤੋਂ ਲੈ ਕੇ 5 ਤੱਕ ਫੋਨ ਨਵੇਂ ਦੀ ਗੱਲ। ਹਾਂ, ਤੋਂ ਬਾਅਦ ਨਹੀਂ। ਚਲੋ ਜੀ ਹੁਣ ਆਪਾਂ ਪਹਿਲਾਂ ਚਲੀਏ ਇੱਧਰ, ਖਾਈਏ ਕੁਛ ਪਹਿਲਾਂ, ਭੁੱਖ ਬਹੁਤ ਲੱਗੀ ਆ। ਜਾਓਗੇ ਆ ਬਤਾਓ, ਵਹੀਂ ਲੈ ਚਲੇਗੇ? ਕਿੱਦਾਂ ਦਾ ਖਾਣਾ ਪਸੰਦ ਕਰੇਗਾ ਦੱਸ? ਦੇਖ ਕੈਸਾ ਪਹਿਲਾਂ ਦਿਨ ਰੋਕੇ, ਕਾਫੀ ਪੀਣ ਥੋੜ੍ਹੀ ਸ਼ਾਮ ਨੂੰ। ਓਕੇ, ਉਹਨਾਂ ਟਾਈਮ ਆਪਾਂ ਚੱਲਦੇ ਹੁਣ ਆਪਾਂ ਪਹਿਲਾਂ ਕੁਝ ਖਾਈਏ। ਨਿੱਕ ਨਾ ਚੱਲੀਏ, ਨਿੱਕ ਚਲੋ ਫਿਰ, ਜਾਂ ਨਿੱਕ ਅਰੋਮਾ ਚੱਲੀਏ। ਚਲੋ ਵੀ ਜਿੱਥੇ ਵੀ ਜਾਵਾਂਗੇ ਤੁਹਾਨੂੰ ਦੱਸ ਦਾਂਗੇ, ਤੇ ਅੱਗੇ ਤੁਹਾਨੂੰ ਦਿਖਾ ਦਾਂਗੇ। ਤੇ ਬੈਗ ਬਣਾ ਗਿਆ ਕੱਪੜਿਆਂ ਦਾ, ਧੋ ਧੂ ਕੇ ਕੱਪੜੇ ਪਹੁੰਚ ਗਏ ਆਪਣੇ ਕੋਲ, ਤੇ ਹੁਣ ਆਪਾਂ ਚੱਲਦਾ ਅੱਗੇ ਖਾਣ ਪੀਣ ਡੈਸਟੀਨੇਸ਼ਨ ਤੇ। ਲਓ ਜੀ ਡੈਸਟੀਨੇਸ਼ਨ ਤੇ ਪਹੁੰਚ ਗਏ ਹਾਂ ਹੁਣ ਆਪਾਂ। ਹੈ ਲਾਦੇ ਤੇ ਉਧਰ ਮਾਮਿਆਂ ਨੇ ਘੇਰੀ ਖੜੇ ਆ। ਹੈ ਮੁਲਾਜ਼ਮਾਂ ਨਾਲ ਪੰਗਾ ਨਹੀਂ ਚੰਗਾ ਹੈਗਾ, ਉਧਰ ਤੈਨੂੰ ਮੈਂ ਦਿਖਾਉਂਦੇ ਆ। ਕਹਿੰਦੇ ਨੰਬਰ ਲੱਗ ਗਿਆ, ਚੰਡੀਗੜ੍ਹ ਆਏ ਨੇ ਤੇ ਪੁਲਿਸ ਨਾ ਰੋਕੇ ਤਾਂ ਇਹ ਹੋ ਹੀ ਨਹੀਂ ਸਕਦਾ। ਹਾਂ, ਹਾਜ਼ਰੀ ਲਾਉਣੀ ਬਹੁਤ ਜ਼ਰੂਰੀ ਆ। ਅਤੇ ਕਿਹੜੀ ਗੱਲ ਆ ਯਾਰ, ਚੰਡੀਗੜ੍ਹ ਤੁਸੀਂ ਆਪਦਾ ਰੂਲ ਅਤੇ ਰੈਗੂਲੇਸ਼ਨ ਨਾਲ ਚੱਲਦੇ ਪਏ ਹੋ ਤਾਂ ਕੋਈ ਟੈਨਸ਼ਨ ਨਹੀਂ, ਕੋਈ ਦਿੱਕਤ ਵਾਲੀ ਗੱਲ। ਇੱਧਰ ਦਾ ਆਰਡਰ ਆਹ ਕੀ ਚੀਜ਼ ਆ, ਇਕੱਲੀ ਚੌਕਲੇਟ ਆ ਇਹਦੇ ਵਿੱਚ, ਡਾਰਕ ਚੌਕਲੇਟ ਹੈ ਕਿ ਮਿੱਠੀ ਚੌਕਲੇਟ? ਢੇਸੀ ਜੀ ਆਰਡਰ ਹੋ ਗਿਆ, ਡਨ ਲਓ, ਬਸ ਖਾਣ ਦੀ ਤਿਆਰੀ ਕਰੋ। ਇੱਕ ਚੀਜ਼ ਕੈਂਸਲ ਕਰਾਉਣੀ ਪੈਗੀ ਭਰਾਈਆਂ, ਉਹ ਕਹਿੰਦਾ ਸੈਂਡ ਕੀ ਪਾਇਆ, ਉਹਨਾਂ ਦੀਆਂ ਭਰਾਈਆਂ ਮਿਲ ਜਾਣੀਆਂ। ਵੈਰੀ ਗੁੱਡ, ਮੈਂ ਤਾਂ ਚੰਗਾ ਦੱਸਦਾ ਮੈਨੂੰ। ਇੱਕ ਭਾਈ ਸਾਰੇ ਇਹਨੇ ਦੱਸਿਆ ਜੀ ਤੁਹਾਨੂੰ ਕੇਕ ਕਿਹੜਾ ਜ਼ਿਆਦਾ ਸਵਾਦ ਲੱਗਦਾ, ਮੈਂ ਤਾਂ ਤੁਹਾਨੂੰ ਕਹਿੰਦਾ ਮੈਨੂੰ ਰੈੱਡ ਵੈਲਵਟ ਸ਼ੇਕ ਸਵਾਦ ਲੱਗਦਾ, ਅਤੇ ਇਹਨਾਂ ਫਰੂਟ ਪੰਜ ਦੇ ਸੀ, ਫਰੂਟ ਪੰਜ ਦੇ ਤਾਂ ਹੁਣ ਜਿਹੜੇ ਹੁਣ ਚੱਲ ਪਏ ਨਾ ਉਹ ਕੇਕ ਬੜੇ ਸਵਾਦ ਲੱਗਦੇ, ਚੀਜ਼ ਵਾਲੇ ਕੇਕ, ਚੀਜ਼ ਕੇਕ ਮੇਰੇ ਵਰਗੇ ਮੁੱਛਾਂ ਨੇ ਤਾਂ ਉਹਨੂੰ ਖਾਣਾ ਉਹ ਤੋਂ ਵੀ ਜ਼ਿਆਦਾ ਔਖਾ, ਇਹ ਵੀ ਤਰੀਕਾ ਦੱਸੂਗਾ ਕਿਸੇ ਵਲੌਗ ਦੇ ਵਿੱਚ ਕਿਵੇਂ ਮੁੱਛਾਂ ਬਿਨਾਂ ਮੁੱਛਾਂ ਲਵੇੜੇ ਖਾ ਲੈਂਦੇ। ਹੁਣ ਖਾ ਲਈਏ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ।
ਖਾ ਤਾਂ ਵੀ ਲੈਣੇ ਸੀਗੇ ਪਰ ਸਾਲੇ ਸੈਂਡਵਿਚ ਨੇ ਧਰਨ ਪਾ ਦਿੱਤੀ ਸੈਂਡਵਿਚ ਇੱਕ ਨਹੀਂ ਬੰਦੇ ਥੱਲੇ ਕਰਾ ਸੱਚੀ ਗੱਲ ਜੀ ਹੈ ਤੇ ਸੀ ਹਵਾ ਧਰਨ ਪੈ ਗਈ ਮੇਰੇ ਤੱਕ ਖਾਣ ਨੂੰ ਜੀ ਕਰਦਾ ਸੀਗਾ ਫਰਾਈਆਂ ਮੈਂ ਛੱਡਣੀਆਂ ਨਹੀਂ ਸੀਗੀਆਂ ਪਰ ਸੈਂਡਵਿਚ ਹੀ ਬੜਾ ਸਟਰੋਂਗ ਸੀਗਾ ਤੇ ਉਹਦੇ ਕਰਕੇ ਸੈਂਡਵਿਚ ਪੂਰਾ ਖਾਦਾ ਹੀ ਨਹੀਂ ਗਿਆ ਸੈਂਡਵਿਚ ਸੈਂਡਵਿਚ ਪੂਰਾ ਖਾ ਲਿਆ ਫਰਾਈਆਂ ਫਰਾਈਆਂ ਨਹੀਂ ਖਾਦੀਆਂ ਹੁਣ ਮਾਮੇ ਖੜੇ ਆ ਕਾਹਦੇ ਵਾਸਤੇ ਖੜੇ ਆਪਣੀ ਗੱਡੀ ਕੋਲੇ ਡਿਊਟੀਆਂ ਔਖੀਆਂ ਬਹੁਤ ਯਾਦੀਆਂ ਨੇ ਕਰਨੀਆਂ ਡਿਊਟੀ ਵੀ ਕਰਦੇ ਪਏ ਨੇ ਤੇ ਆਪਦਾ ਮੈਚ ਵੀ ਦੇਖੀ ਜਾਂਦੇ ਸਾਹਮਣੇ ਹੈਗੀ ਸੋਨੀ ਸੈਂਟਰ ਕਹਿੰਦੇ ਉੱਥੇ ਐਲਈਡੀਆਂ ਲੱਗੀਆਂ ਦੁਕਾਨ ਦੇ ਵਿੱਚ ਵਾਧੂ ਸਾਰੀਆਂ ਦੇਖੋ ਦੇਖ ਲੱਗੀਆਂ ਦੇਖਦੀਆਂ ਨਾ ਤੇ ਆਪਣੇ ਬੰਦੇ ਖੜੇ ਇੱਥੇ ਚੰਡੀਗੜ੍ਹ ਦਾ ਦੂਜਾ ਨਾ ਚਲਾਨ ਗਾੜ ਹੈ ਵੀਰੇ ਚੰਡੀਗੜ੍ਹ ਦਾ ਦੂਜਾ ਨਾ ਚਲਾਨ ਗਾੜ ਚੰਡੀਗੜ੍ਹ ਦਾ ਦੂਜਾ ਨਾ ਵੀਰੇ ਮੈਨੂੰ ਲੈ ਕੇ ਆਇਆ ਇੱਥੇ ਸਾਰਾ ਤੋਂ ਨਾ ਆਪ ਗਿਆ ਨਾ ਮੈਨੂੰ ਜਾਣ ਦਿੱਤਾ ਇੱਥੇ ਹੀ ਉਹਦੇ ਨਾਲ ਟੰਗਿਆ ਹੀ ਹੋਇਆ ਤੈਨੂੰ ਵੀ ਇੱਥੇ ਟੰਗ ਤੇ ਆਪ ਵੀ ਇੱਥੇ ਟੰਗਿਆ ਗਿਆ ਜਲੰਧਰੋਂ ਚੰਡੀਗੜ੍ਹ ਹੀ ਆ ਗਿਆ ਐਸਾ ਆਏ ਮੁੜ ਕੇ ਅਸੀਂ ਆਏ ਫਿਰ ਗਏ ਹੀ ਨੀ ਜਹਾਜ ਗਿਆ ਨਾ ਅਸੀਂ ਗਏ ਕੀ ਕਰ ਸਕਦੇ ਮਜਬੂਰੀਆਂ ਹੁੰਦੀਆਂ ਨੇ ਹੁਣ ਜਹਾਜ ਤੇ ਬਣਾ ਮੈਂ ਜਾਂਦਾ ਨੀ ਕਿਤੇ ਹੁਣ ਜਹਾਜ ਤਾਂ ਇੱਥੇ ਟੰਗਿਆ ਪਿਆ ਕੀ ਕਰਾਂ ਜਹਾਜ ਜਿੰਨਾ ਟਾਈਮ ਚੱਲੂਗਾ ਨੀ ਉਹਨਾਂ ਨੇ ਵੇਖ ਨੀ ਜਾਇਆ ਜਾਣਾ ਕੋਈ ਨਾ ਜਹਾਜ ਦੀ ਸਰਵਿਸ ਕਰਾਉਂਦੇ ਆ ਛੇਤੀ ਫਿਰ ਤੈਨੂੰ ਭੇਜਦਾ ਫਿਰ ਚੰਡੀਗੜ੍ਹ ਤੋਂ ਬਾਹਰ ਹੀ ਭੇਜਾਂਗੇ ਕਿਤੇ ਹਾਂਜੀ ਹਾਂਜੀ ਬਾਹਰ ਹੀ ਜਾਣਾ ਜੀ ਠੀਕ ਹੈ ਠੀਕ ਹੈ ਚੰਡੀਗੜ੍ਹ ਤੋਂ ਬਾਹਰ ਚੰਡੀਗੜ੍ਹ ਤੋਂ ਬਾਹਰ ਹੈ ਵੱਡੇ ਦੇਸ਼ ਜਾਣਾ ਹੋਰ ਕਿਸੇ ਵੱਡੇ ਦੇਸ਼ ਚ ਹਾਂਜੀ ਤੇ ਉੱਥੇ ਮੈਂ 16 ਸਾਲ ਲਾ ਲਈਏ ਇੱਥੇ ਲਾ ਦੇ ਟਾਈਮ ਇੱਥੇ ਦਾ ਪੂਰਾ ਹੋ ਗਿਆ ਇੱਥੇ ਪੂਰਾ ਹੋ ਗਿਆ ਜਦੋਂ ਹੀ ਬਾਹਰ ਨਿਕਲ ਲੱਗੇ ਇਹੀ ਕੰਮ ਹੁੰਦਾ ਜੀ ਯੋਗਾ ਕਿਸੇ ਹੋਰ ਨੂੰ ਯੋਗਾ ਵੀ ਨਾਲ ਹੀ ਸਾਡੇ ਮਗਰ ਹੀ ਭਾਈ ਗੱਡੀਆਂ ਨੇ ਯੋਗੇ ਨੇ ਲਾਈ ਹੋਈ ਤੇ ਖਿੱਚ ਕੇ ਮਗਰ ਹੀ ਆ ਕਿਉਂ ਤਿਆਰ ਹੋ ਕੇ ਤੇ ਦੁਬਾਰਾ ਚੱਲੇ ਆ ਆਪਾਂ ਵੀ ਯਾਰ ਪੰਜਾਬ ਮੈਂ ਜਾਣਾ ਸੀਗਾ ਘਰੇ ਮਾਤਾ ਨੇ ਕਿਹਾ ਸੀਗਾ ਮੇਰੇ ਆਉਣ ਵਾਸਤੇ ਮੇਰੇ ਵਾਸਤੇ ਚੱਪਲਾਂ ਲੈ ਕੇ ਆਈ ਵਧੀਆ ਤੇ ਮਾਤਾ ਵਾਸਤੇ ਚੱਪਲਾਂ ਲੈਣ ਚੱਲੇ ਤੇ ਨਾਲੇ ਹੋਰ ਦੇਖਦੇ ਕੋਈ ਚੀਜ਼ ਪਸੰਦ ਆਉਂਦੀ ਹੈ ਤੇ ਉਹ ਵੀ ਲੈ ਲਵਾਂਗੇ ਬਾਕੀ ਹੁਣ ਕਰੀ ਚੱਪਲਾਂ ਲਈਏ ਮਾਤਾ ਦੀਆਂ ਤੇ ਹੁਣ ਬੰਦਾ ਆਪਾਂ ਚੱਕਰ ਸੈਬੀ ਕੋਈ ਇਹ ਤੋਂ ਬਾਅਦ ਦੇਖਦੇ ਹਾਂ ਜਾ ਕੇ ਕੀ ਬਣਦਾ ਹੈ ਕਿ ਕੀ ਚੱਲਦਾ ਹੈ ਚਲੋ ਜੀ ਪਹੁੰਚਦੇ ਹਾਂ ਯਾਰ ਸਮਝ ਤਾਂ ਤੂੰ ਗਿਆ ਹੀ ਹੋਣਾ ਬਈ ਕਿੱਥੇ ਲਈ ਫਿਰਦਾ ਤੂੰ ਮੇਰਾ ਮੈਨੂੰ ਐਂ ਤਾਂ ਦੱਸ ਮੈਂ ਆਪਦੇ ਵੱਲੋਂ ਸਹੀ ਸ਼ਾਰਟਕਟ ਮਾਰਿਆ ਸੀਗਾ ਤਾਂ ਸ਼ਾਰਟਕਟ ਦੇ ਤਾਂ ਸਹੀ ਯਾਰ ਮਾਲੀ ਦੇ ਰੋਡ ਦੇਖ ਲੋ ਭਈਆ ਲੈ ਕਿੱਥੇ ਆਇਆ ਤੂੰ ਜਾਣਾ ਵੀ ਯਾਰ ਤੇ ਪਹੁੰਚ ਪਤਾ ਨਹੀਂ ਕਿੱਥੇ ਗਿਆ ਪਿੰਡ ਜਿੱਥੋਂ ਤੂੰ ਸ਼ਾਰਟਕਟ ਮਾਰਨੇ ਉੱਥੇ ਤਾਂ ਪਹੁੰਚ ਗਿਆ ਉੱਥੇ ਹੀ ਆ ਗਏ ਉਹੀ ਰੋਡ ਤੇ ਵਾਪਸ ਐਵੇਂ ਕਿਹੜਾ ਕਢਾਇਆ ਚੱਲ ਕੋਈ ਨੀ ਹੁਣ ਤਾਂ ਫਿਰ ਜਲਦੀ ਚੱਲ ਕੇ ਤਾਂ ਪਹੁੰਚਾਂਗੇ ਕਿੰਨੀਆਂ ਕੁ ਬੋਲੀਆਂ ਦਿਖਾਤਾ ਦੇ ਕਿੱਧਰ ਤੁਰਿਆ ਫਿਰਦਾ ਹੁਣ ਕਿੱਧਰ ਤੁਰਿਆ ਫਿਰਦਾ ਯਾਰ ਇੱਧਰੋਂ ਚੈੱਕ ਕਰ ਲਿਆ ਹੁਣ ਦੂਜੇ ਪਾਸੇ ਜਾਂਦੇ ਆ ਇੱਕ ਤਾਂ ਅੰਦਰ ਮੁੜੀ
ਫਿਰ ਦੂਜੇ ਪਾਸੇ ਜਾਂਦੇ ਆ ਉਧਰ ਦੇਖਦੇ ਆ ਸਕੈਚਰ ਤੇ ਜੇ ਵਧੀਆ ਮਿਲ ਗਈਆਂ ਜੇ ਉੱਥੇ ਜਾਂਦੇ ਆ ਸਭ ਤੋਂ ਜ਼ਿਆਦਾ ਮੈਮਰੀ ਫੋਮ ਵਾਲੀਆਂ ਚਾਹੀਦੀਆਂ ਜੀ ਉੱਧਰ ਬਾਕੀ ਔੜੀਆਂ ਭਾਈ ਮਿਲੇ ਇੱਧਰ ਉੱਧਰ ਤਾਰ ਨੂੰ ਮਜ਼ਾ ਮਾਰੋ ਸੋਹਣੀ ਤਾਂ ਐਡਾ ਸਾਲੀ ਆ ਸੋਹਣੀ ਤਾਂ ਐਡਾ ਸਾਲੀ ਸੀ ਪਰ ਕੰਫਰਟੇਬਲ ਜ਼ਿਆਦਾ ਇਹ ਨੇ ਕੰਫਰਟੇਬਲ ਮਿਲਾਇਆ ਜ਼ਿਆਦਾ ਇਹ ਆ ਇਹ ਸੌਫਟ ਨੇ ਯਾਰ ਉਨੀਆਂ ਹੀ ਆ ਫਿਰ ਕੁਛ ਜ਼ਿਆਦਾ ਫਰਕ ਨਹੀਂ ਫਿਰ ਤਾਂ ਐਡਾਸ ਠੀਕ ਆ ਗੁਡੀਅਰ ਗੁਡੀਅਰ ਦੀ ਸੋਲ ਲੱਗੀ ਹੈ ਨਾ ਗੁਡੀਅਰ ਦੀ ਟਾਇਰ ਮਾਦਾ ਨੇ ਨਵੇਂ ਟਾਇਰ ਪਵਾ ਦੇਣੇ ਮਾਦਾ ਨੇ ਤੇ ਮਾਦਾ ਨੇ ਤਿਲਕਾਂ ਕੀ ਕਹਿੰਦੇ ਤਿਲਕ ਦੇ ਤਾਂ ਨਹੀਂ ਥੋੜਾ ਜਿਹਾ ਦੱਸ ਦੇ ਹਾਂ ਦੱਸੋ ਫਿਰ ਹੁਣ ਕਰ ਮੜਾ ਜੀ छोटे खेरे ली उलझी गए मैं लगता नीले वाला कलर तो होर लवांगे ठीक है ਰਿਮੋਟ ਕੰਟਰੋਲ ਤਾਂ ਕਰਕੇ ਕਹਿੰਦੇ ਨਿਸ਼ਾਨ ਦੀਆਂ ਬਾਤ ਆ ਕੇ ਜਾਂਦੀਆਂ ਅਸੀਂ ਕਹਿੰਦਾ ਸੀ ਇੱਕ ਜੀ ਲੈਂਦੇ ਲੈਂਦੇ ਕੰਮ ਜ਼ਿਆਦਾ ਵੱਧ ਗਿਆ ਬਾਈ ਨੇ ਕਹਿ ਕੇ ਦੋ ਤਿੰਨ ਚੀਜ਼ਾਂ ਪਵਾ ਦਿੱਤੀਆਂ ਥੈਂਕ ਯੂ ਭਾਜੀ ਕੀ ਕੁਛ ਲੈ ਲਿਆ ਹੁਣ ਹੁਣ ਭਾਈ ਇੱਕ ਮਾਤਾ ਦੀਆਂ ਵੀ ਚੱਪਲਾਂ ਲੈ ਲਈਆਂ ਤੇ ਨਾਲ ਮੈਂ ਕਿਹਾ ਡੈਡੀ ਨੇ ਰੋਜ਼ ਜੀ ਡੈਡੀ ਦੇ ਵਾਸਤੇ ਵੀ ਚੱਪਲਾਂ ਲੈ ਲਈਆਂ ਤੇ ਆਪਦੇ ਵਾਸਤੇ ਪਜਾਮਾ ਲੈ ਲਈਆਂ ਤਾਂ ਆਪਾਂ ਲਈਆਂ ਫਿਰ ਠੀਕ ਆ ਆਪਣੀਆਂ ਹੀ ਆ ਠੀਕ ਹੈ ਠੀਕ ਹੈ ਨਹੀਂ ਨਹੀਂ ਯਾਰ ਮੇਰੀ ਵੀਡੀਓ ਵਾਇਰਲ ਜ਼ਿਆਦਾ ਹੋ ਜਾਂਦੀ ਹੈ ਕਿੱਧਰ ਲੈ ਕੇ ਚੱਲਿਆ ਹੁਣ ਓਏ ਹੋਏ ਤਾਰੇ ਵਾਲੀ ਬੀਬੀ ਲਵੇ ਤਾਰੇ ਵਾਲੀ ਭਰਾਵਾ ਐਂਟਰੀ ਚਲੋ ਜੀ ਬੈਕ ਅਗੇਨ ਹੈ ਉਹੀ ਸੇਮ ਸੇਮ ਠੀਕ ਹੈ ਜੀ ਸੋਰੀ ਸਰ ਚੱਕੋ ਪਹਿਲਾਂ This is mine. Yeah. Take care. Non-veg khana kuch na. Bahar hi khawange. Bahar khane achhi. Alle jana. Hai? Alle jana. Bhai shopping jehdi karni si inni ki karni koi jyada nahi main aap de waste karne aaya si shopping ghare jaan karke main sirf maata kariyan nu keh diya. Ke lokan di gall badi gayi te apan nu mil gaya te abhi aada coffee pee ke khush ho gaye. ਹੁਣ ਚੱਲਦੇ ਹਾਂ ਘਰ ਨੂੰ ਤੇ ਬਾਕੀ ਰਾਜ ਜਾ ਤੇ ਬਾਕੀ ਘਰੇ ਜਾ ਕੇ ਹੋਰ ਕੋਈ ਪਲੈਨ ਬਣ ਗਿਆ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਸ਼ੂਟ ਕਰ ਦਾਂਗੇ ਅੱਜ ਸਾਰਾ ਕੁਝ ਦਿਖਾਈ ਜਾਣਾ ਕੀ ਕੀ ਕੀਤਾ ਤੇ ਬਾਅਦ ਚ ਨਾ ਕਿ ਉਹ ਵੀ ਮੈਨੂੰ ਡੇਲੀ ਲਾਈਫ ਦਿਖਾ ਹਾਂ ਚੱਲਦੇ ਆ ਗੱਡੀ ਜਮਾ ਸਾਫ ਸੀਗੀ ਜਮਾ ਸਾਫ ਭਾਈ ਨੇ ਗਲਤ ਰਸਤੇ ਪਵਾ ਦਿੱਤਾ ਓਏ ਭਰਾਵਾ ਪਤਾ ਨਹੀਂ ਕਿੱਥੋਂ ਲੈ ਆ ਤੂੰ ਆ ਸੌਰੀ ਭਾਈ ਤੁਹਾਡੇ ਕਰਕੇ ਆ ਸਾਰੀ ਤੁਹਾਡੇ ਕਰਕੇ ਜਮਾ ਨੌਕ ਸਿੱਧੀ ਕਹਿੰਦੇ ਸ਼ੀਸ਼ੇ ਆ ਕੋਈ ਨਹੀਂ ਮੇਰੇ ਕੋਲ ਵੀਡੀਓ ਹੈਗੀ ਵਿੱਚ ਪਵਾਉਂਗਾ ਜ਼ਰੂਰ ਤੇ ਤੋਂ ਵਲੌਗ ਦੇ ਪੁੱਤ ਜੇ ਤੂੰ ਰਾਹ ਭੁੱਲਿਆ ਨਾ ਚਲੋ ਜੀ ਕੋਰੀਆ ਪਹੁੰਚ ਗਏ ਚਲੋ ਜੀ ਆਰਡਰ ਕਰਤਾ ਆਰਡਰ ਕਰਕੇ ਡਿਸ਼ ਆ ਲੈਣ ਡਿਸ਼ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਕੀ ਮੰਗਾਇਆ ਚਾਈਨਾ ਕਦੋਂ ਜਾ ਕੇ ਆਏ ਤੂੰ ਸਾਰਾ ਹਿਸਾਬ ਕਿਤਾਬ ਬਰੋ ਠੀਕ ਆ ਜਾਈਏ ਹੁਣ ਅਸੀਂ ਚਲੋ ਫਿਰ ਸ਼ਾਹ ਜੀ ਤੇਲ ਤੂਲ ਪਵਾ ਕੇ ਹੁਣ ਓਕੇ ਗੱਡੀ ਤਿੰਨ ਫੁੱਲ ਟੈਂਕੀ ਕਰਾ ਕੇ ਤੇ ਆਪਾਂ ਹੁਣ
ਸਮਾਨ ਵੀ ਲੈ ਲਿਆ ਸਾਰਾ ਕੁਝ ਕਰ ਲਿਆ ਖਾਣ ਪੀਣ ਵੀ ਹੋ ਗਿਆ ਪੇਟ ਪੀਆ ਵੀ ਹੋਣ ਮੈਂ ਫਲੈਟ ਜਾ ਕੇ ਤੇ ਉਦੋਂ ਬਾਅਦ ਥੋੜੇ ਟਾਈਮ ਲੇਟ ਨਾਈਟ ਮੈਂ ਨਿਕਲੂੰਗਾ ਬਾਕੀ ਘਰ ਨੂੰ ਨਹੀਂ ਉਹ ਤਾਂ ਠੀਕ ਹੈ ਘਰੇ ਜਾਣਾ ਕੀ ਪੈ ਜਾਂਦਾ ਘਰੇ ਜਾਣਾ ਮੈਨੂੰ ਪੈ ਜਾਂਦਾ ਜੀ ਕੋਈ ਨਾ ਕੋਈ ਘੱਟ ਤੋਂ ਘੱਟ ਜਦੋਂ ਮੈਂ ਘਰੇ ਜਾਣਾ ਜਾ ਕੇ ਸਮਾਨ ਸਮੂਨ ਲੈ ਕੇ ਜਾਂ ਇੱਧਰ ਉੱਧਰ ਗੱਡੀ ਦਾ ਤੇਲ ਤੂਲ ਪਾ ਕੇ ਆਉਣ ਜਾਂਦਾ ਮੈਨੂੰ ਘਰ ਦਾ ਗੇੜਾ ਪੈ ਜਾਂਦਾ ਜਾਣ ਜਾਣੀ 20,000 ਚ ਪੈ ਜਾਂਦਾ ਜਾਣਾ ਤਾਂ ਪਰ ਹੈਗੇ ਜਾਣਾ ਜ਼ਰੂਰੀ ਹੈ ਬਰੋ ਕੋਈ ਨਹੀਂ 30,000 ਦੇ ਉਹਨਾਂ ਨੇ 50,000 ਦੇ ਹੀ ਦੇਣੇ ਕੀ ਗੱਲ ਹਾਂ ਉੱਥੇ ਕਿਹੜਾ ਕੋਈ ਨਾ ਆ ਉੱਥੇ ਕੋਈ ਨਾ ਨਹੀਂ ਹੈਗੀ ਤੇ ਘਰੇ ਵੀ ਜਾਣਾ ਹੀ ਚਾਹੀਦਾ ਘਰੇ ਤੇ ਇਦੋਂ ਪਹਿਲਾਂ ਹਜੇ ਨਹੀਂ ਤਰੂੰਗਾ ਹਜੇ ਤਾਂ ਟਾਈਮ ਹੀ ਨਹੀਂ ਕੁਛ ਹੋਇਆ ਤਾਂ 10 ਵਜੇ ਨੇ ਮਾਰਨਿੰਗ ਅਰਲੀ ਮਾਰਨਿੰਗ ਤਰੂੰਗਾ ਮੈਂ ਅਰਲੀ ਮਾਰਨਿੰਗ 3:30 ਵਜੇ ਹਾਂ ਅਰਲੀ ਮਾਰਨਿੰਗ ਤਰਾਂਗੇ ਠੀਕ ਉਹਦਾ ਬਲੌਗ ਨਹੀਂ ਕੋਈ ਮੈਂ ਤੁਹਾਨੂੰ ਫਿਰੋਜ਼ਪੁਰ ਜਾ ਕੇ ਦਿਖਾਉਂਗਾ ਬਲੌਗ ਤੇ ਫਿਰੋਜ਼ਪੁਰ ਜਾ ਕੇ ਕਈ ਵਧੀਆ 2-3 ਬਲੌਗ ਬਣਾਉਂਗਾ ਜਿਹੜੀਆਂ ਚੀਜ਼ਾਂ ਕਿਸੇ ਨੇ ਅਜੇ ਦੇਖੀਆਂ ਨਹੀਂ ਕਈ ਹਜੇ ਬਹੁਤ ਹੈਗੇ ਹੈ ਨਾ ਪਰ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ ਜਿਹੜੀਆਂ ਫਿਰੋਜ਼ਪੁਰ 'ਚ ਹੈਗੀਆਂ ਨੇ ਘੱਟ ਹੀ ਦੇਖੀਆਂ ਕਰੀਆਂ ਹਾਂ ਘੱਟ ਹੀ ਦੇਖੀਆਂ ਬਹੁਤ ਘੱਟ ਲੋਕਾਂ ਨੇ ਦੇਖੀਆਂ ਹੋਣਗੀਆਂ ਆਪਣੇ ਯੂਟਿਊਬ ਫੈਮਿਲੀ ਨੇ ਯੂਟਿਊਬ ਫੈਮਿਲੀ ਨੇ ਹੈ ਫੈਮਿਲੀ ਮੂਰੇ ਦੇਖ ਲਓ ਭਰਾਵਾ ਤੇ ਬਾਕੀ ਚਲੋ ਹੁਣ ਤੁਹਾਨੂੰ ਬਾਕੀ ਘਰੇ ਆ ਕੇ ਕੰਟੀਨਿਊ ਕਰਦੇ ਹਾਂ ਵਲੌਗ ਜੇ ਕੁਝ ਵੀ ਕਰ ਕੀਤਾ ਤਾਂ ਤੇ ਬਾਕੀ ਫਿਰ ਦੇਖਿਆ ਓਕੇ ਜੀ ਓਕੇ ਜੀ ਹਾਂਜੀ ਲਓ ਵੀ ਜਿਵੇਂ ਹੁਣ ਤੁਸੀਂ ਸਾਰਿਆਂ ਨੇ ਦੇਖਿਆ ਮੇਰੇ ਰੂਮ ਦੇ ਵਿੱਚ ਪੇਂਟ ਪੂੰਟ ਵਾਲਾ ਸਿਸਟਮ ਬਹੁਤ ਕੀਤਾ ਹੋਇਆ ਵਾ ਹੈ ਨਾ ਪੇਂਟ ਦੇ ਸ਼ੂ ਬਣਾਇਆ ਬਾਕੀ ਪੇਂਟਿੰਗ ਕੀਤੀ ਆ ਹੋਰ 2-3 ਚੀਜ਼ਾਂ ਬਣਾਈਆਂ ਨੇ ਟੂ ਬਾਗ ਬਣਾਇਆ ਹੋਇਆ ਵਾ ਅਤੇ ਉਵੇਂ ਹੁਣ ਆਪਾਂ ਦੂਜੇ ਉੱਪਰ ਨਿਸ਼ਾਨਾ ਨੇ ਫਲੈਟ 'ਚ ਕਦੇ ਬਣਾਉਣ ਲੱਗੇ ਸੀਗੇ ਪੇਂਟ ਦੇ ਨਾਲ ਅਤੇ ਬਾਕੀ ਗੈਸ ਕਰੋ ਕੀ ਬਣਾ ਸਕਦੇ ਹਾਂ ਅਤੇ ਅੱਜ ਹੁਣ ਨਵੀਂ ਪੇਂਟਿੰਗ ਸ਼ੁਰੂ ਕਰਨ ਲੱਗੇ ਹਾਂ ਛਿੰਝਿਆਂ ਕਹਿੰਦੇ ਤਾਂ ਲੱਗਦਾ ਥੱਲੇ ਡਿੱਗਾ ਬਹੁਤ ਸ਼ਰਾਰਤੀ ਹੈ ਕਾਰਟੂਨ ਵੀ ਸ਼ਰਾਰਤੀ ਹੈ ਤਾਂ ਲੱਗਦਾ ਬਾਕੀ ਤੁਹਾਨੂੰ ਅੰਦਰ ਦਿਖਾਉਣਾ ਕੀ ਪ੍ਰੋਗਰਾਮ ਚੱਲ ਰਿਹਾ ਕੁਛ ਨਾ ਕੁਛ ਤਾਂ ਬਣਾਵਾਂਗੇ ਵਧੀਆ ਜੀ ਚੀਜ਼ ਇੱਧਰ ਬਾਈ ਹੁਣ ਫੜ ਕੇ ਪੈਨ ਆਪਦੇ ਹਥਿਆਰ ਤੇ ਲੱਗੇ ਪੈਨ ਉਹ ਪੈਨਸਲ ਦੇਖੋ ਉੱਥੇ ਵੀ ਬਣ ਜਾਣਾ ਹੈ ਇੱਥੇ ਵੀ ਬਣ ਜਾਣਾ 2-3 ਚੀਜ਼ਾਂ ਬਣਾਉਣੀਆਂ ਨੇ ਇਹ ਤਾਂ ਭਾਜੀ ਵਧੀਆ ਬਣਾਉਂਗੇ ਠੀਕ ਹੈ ਜਦੋਂ ਆਹ ਸਾਰਾ ਸਕੈਚ ਕਰ ਲਿਆ ਪੇਂਟ ਕਰਨ ਮੈਂ ਆ ਜਾਊਂਗਾ ਤੁਹਾਨੂੰ ਪਤਾ ਫਿਰ ਪੇਂਟ ਦਾ ਕੰਮ ਮੈਂ ਹੀ ਕਰਦਾ ਠੀਕ ਆ ਹਾਂਜੀ ਉਹਨੂੰ ਕਹਿੰਦਾ ਸਕੈਚ ਓਨਲੀ ਸਕੈਚ ਇੱਦਾਂ ਹੀ ਆ ਜਿਹੜਾ ਰੂਮ ਦੇ ਵਿੱਚ ਮੇਰੇ ਸਾਰਾ ਬਣਿਆ ਸਕੈਚ ਦਾ ਨਾ ਟੂ ਭਾਗ ਦਾ ਸਾਰਾ ਸਿਸਟਮ ਉਹ ਆਪਾਂ ਆ ਵੀ ਬਣਾਇਆ ਕੋਈ ਸਟਿੱਕਰ ਨਹੀਂ ਲੱਗੇ ਹੋਏ ਉਹ ਵੀ ਹੈਂਡ ਪੇਂਟ ਦੇ ਨਾਲ ਬ੍ਰਸ਼ ਦੇ ਨਾਲ ਕੀਤਾ ਹੋਇਆ ਸਾਰਾ ਆਪਾਂ ਅਤੇ ਬਾਈ ਹੁਣ ਸਕੈਚ ਕਰ ਦੂਗਾ ਉਸ ਤੋਂ ਬਾਅਦ ਨਾਲ ਉਹਦੇ ਪੇਂਟ ਦੇ ਨਾਲ ਥੋੜ੍ਹੀ ਕਲਾਕਾਰੀ ਵੀ ਦਿਖਾਉਣਾ ਆ ਕੀ ਬਾਤ ਹੈ ਬਟਰ ਸਾਹਿਬ ਇਹ ਮੇਰਾ ਹਾਈਡ ਟੈਲੈਂਟ ਤੁਹਾਨੂੰ ਸ਼ਾਇਦ ਪਤਾ ਨਹੀਂ ਸੀਗਾ ਕਿਸੇ ਨੂੰ ਇਹ ਹਿਡਨ ਟੈਲੈਂਟ ਜਿਹੜਾ ਸਾਂਭ ਕੇ ਰੱਖਿਆ ਸੀ ਬ੍ਰਸ਼ ਥੋੜਾ ਦੂਜਾ ਚਾਹੀਦਾ ਬਟਰ ਬਾਈ ਇੰਦਾ ਕੰਜੂਸ ਆ ਕਹਿੰਦਾ ਮੈਂ ਸਕਨ ਨਹੀਂ ਦੇ ਸਕਦਾ ਪੇਂਟਿੰਗਾਂ ਜਿੰਨੀਆਂ ਮਰਜ਼ੀ ਬਣਵਾ ਲਵਾਂ ਇਹੋ ਜਿਹੇ ਬੰਦੇ ਵੀ ਹੁੰਦੇ ਆ ਹੋਰ ਦੱਸਦੇ ਕੀ ਤੂੰ ਕੁਆਲਿਟੀ ਵੇਖ ਉਹਦੇ ਕੰਮ ਦੀ ਗੱਲਾਂ ਨਾ ਮਾਰ ਉਹਦੇ ਥੱਲੇ ਬੱਦਲਾਂ ਦੇ ਥੱਲੇ ਬਣਾ ਦਿਓ ਕੋਈ ਆਈਟਮ ਜੀ ਵਧੀਆ ਜੀ ਕਿਹਦੇ ਥੱਲੇ ਉਹ ਜਿਹੜੇ ਬੱਦਲ ਦੇ ਉਹ ਸਾਰਾ ਕੁਝ ਲੱਗਾ ਵਾ ਆਈਟਮ ਜੀ ਕੀ ਇਹਨੂੰ ਕਹਿੰਦੇ ਆ ਉਹ ਚੰਦ ਸਤਾਰੇ ਮੈਨੂੰ ਚਾਂਦ ਹੀ ਦਿਖਣ ਦੇ ਸਤਾਰੇ ਦੇ ਅੰਦਰ ਭਰਾਵਾ ਗਲੈਕਸੀ ਹੈਗੀ ਆ ਪੂਰੀ ਤਾਰੇ ਹੀ ਕਰਨੇ ਹੋਵੇ ਹੱਥ ਪਰਾਂ ਕਰ ਹਾਂ ਪਹਿਲਾਂ ਉਹਦਾ ਉਹ ਯਾਰ ਉਹ ਭਰਾਵਾ ਉਧਰ ਕੈਂਸਲ ਹੋਣਾ ਸਾਰਾ ਕੁਝ ਨਾੜੀ ਵਗੈਰਾ ਖਹਿ ਜੀ ਖੁਜ ਕੇ ਉਹੀ ਖਾ ਗਿਆ ਉਹ ਸੁੱਕੇ ਪੈ ਕੀ ਖਾ ਗਿਆ ਪਤਾ ਨੀ ਕੀ ਪਾਇਆ ਪਹਿਲਾਂ ਦੋ ਵਾਰੀ ਉਹਦੇ ਲੱਗ ਗਿਆ ਘੁੰਮ ਗਿਆ ਕਹਿੰਦਾ ਹੁਣ ਹੋਰ ਕੁਛ ਪਾਉਣਗੇ ਰੰਗ ਕਰਕੇ ਨਾ ਇੱਥੇ ਛੱਡ ਦਿਓ ਬ੍ਰਸ਼ ਠੀਕ ਆ ਇੱਥੇ ਸਟਾਪ ਕਰ ਦੋ ਕੰਮ ਠੀਕ ਆ ਵੀਰੇ ਪੈਸੇ ਦੀ ਗੱਲ ਤਾਂ ਆਪਾਂ ਪਹਿਲਾਂ ਕੀਤੀ ਨੀ ਪਹਿਲਾਂ ਤਾਂ ਗਲੇ ਬਣਾਉਣ ਬਣਾਉਣ ਦੀ ਗੱਲ ਕੀਤੀ ਆ ਸ਼ਿੰਸ਼ਨ ਦੇਖ ਲਿਆ ਅੰਦਰ ਬਣਾਤਾ ਹੋ ਗਿਆ ਪੇਂਟ ਪੂੰਟ ਸਾਰਾ ਡਨ ਹੋ ਗਿਆ ਬ੍ਰੋ ਚੈੱਕ ਕਰਕੇ ਆਉ ਬੜਾ ਚੈੱਕ ਕਰਕੇ ਆਉ ਬੜਾ ਪੇਂਟ ਤਾਂ ਮੈਂ ਹੀ ਕੀਤਾ
ਹਟਦੇ ਆ ਤਿੰਨੇ ਦੇਖ ਲਿਆ ਇੱਕ ਦੂਜੇ ਦੇ ਉੱਤੇ ਚੜ੍ਹਦੇ ਅੰਦਰ ਕਰ ਦਿੰਦੇ ਲਓ ਜੀ ਘਰੇ ਪਹੁੰਚ ਗਏ ਮਾਤਾ ਉਹਨਾਂ ਨੂੰ ਗਿਫਟ ਦਿਖਾਉਂਦੇ ਆ ਮਾਤਾ ਉਹਨਾਂ ਨੇ चल चल बस बस इधर चल 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 पैगे इधर 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 चल चल उधर चल वापस की हाल चाल ने सज्जन जी ठीक ठाक हो ठीक ठाक हो शाह जी ठीक ठाक हो बिल्कुल बोर नहीं लवीर सवेरे ना तड़के तुरया सी का चंडी जिहड़ा तुरया सी ना कोई साढ़े कि तीन बजे तो टाइम हुण हो गया कोई छेक बजे ने तो पहुँच गए हैं तो हुण सौन दियाँ तैयारियाँ तो खा के रोटी तो हम सौ लो जी कोई तो ये सवेर है पर मैं हूँ घर इस टाइम पहुँचा तो करके हम पेट पूजा करके तो हूँ आप गावे सौ तो गुड नाइट आ सारे तो ध्यान रखो आपका तो ब्लॉग इदा ही देखते रहो प्यार देंगे रहो लव यू टेक केयर सब्सक्राइब कर दो ठीक है।